ਅੰਮ੍ਰਿਤਸਰ ਦੇ ਵਿੱਚ ਮਸ਼ਹੂਰ ਲੈਬ ਦੇ ਮਾਲਕ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ। ਮਰਨ ਤੋਂ ਪਹਿਲਾਂ ਉਸ ਦੇ ਵੱਲੋਂ ਖੁਦਕੁਸ਼ੀ ਨੋਟ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਤਿੰਨ ਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੀ ਵਜ੍ਹਾ ਕਰਕੇ ਉਸਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਖੁਦ ਨੂੰ ਖਤਮ ਕੀਤਾ। ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਉਸਨੇ ਲਿਖਿਆ ਕਿ ਦੁਕਾਨ ਦੇ ਸਾਹਮਣੇ ਮੁਲਜ਼ਮ ਪ੍ਰਦੀਪ ਗੱਬਰ ਅਤੇ ਉਸਦੇ ਦੋ ਲੜਕੇ ਗੱਡੀਆਂ ਖੜੀਆਂ ਕਰਕੇ ਪਿਛਲੇ ਕਰੀਬ 5 ਸਾਲਾਂ ਤੋਂ ਤੰਗ ਪਰੇਸ਼ਾਨ ਕਰਦੇ ਸੀ ਤੇ ਹੁਣ ਪਰੇਸ਼ਾਨੀ ਦੀ ਹਾਲਤ ਵਿੱਚ ਲੈਬ ਦੇ ਮਾਲਕ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਤਾਂ ਪੁਲਿਸ ਨੇ ਖੁਦਕੁਸ਼ੀ ਨੋਟ ਨੂੰ ਆਧਾਰ ਬਣਾ ਕੇ ਇਹਨਾਂ ਤਿੰਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ। ਤਾਂ ਦੱਸ ਦਈਏ ਕਿ ਇਹਨਾਂ ਲੋਕਾਂ ਦੀ ਵਜ੍ਹਾ ਦੇ ਕਰਕੇ ਇੱਕ ਮਸ਼ਹੂਰ ਲੈਬ ਦੇ ਮਾਲਕ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਤਾਂ ਪੁਲਿਸ ਨੇ ਹੁਣ ਤਿੰਨਾਂ ਦੇ ਖਿਲਾਫ ਪਰਚਾ ਦਰਜ ਕੀਤਾ। ਤੁਹਾਨੂੰ ਦੱਸ ਦਈਏ ਕਿ ਰਾਜੇਵਾਲ ਪਿੰਡ ਦੇ ਕੋਲ ਇੱਕ ਵਿਰਾਨ ਥਾਂ ਤੇ ਜਾ ਕੇ ਆਪਣੇ ਲਾਇਸੈਂਸੀ ਪਿਸਟਲ ਦੇ ਨਾਲ ਇਸ ਸ਼ਖਸ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ। ਕਤਲ ਕੇਸ ਨਹੀਂ, ਇੱਕ ਨਾ ਸਤਪਾਲ ਸਿੰਘ ਨਾਂ ਦਾ ਬੰਦਾ ਜਿਹੜਾ ਅੰਮ੍ਰਿਤ ਲੈਬ ਹੈਗੀ ਅੰਮ੍ਰਿਤਸਰ ਉਹਦਾ ਮਾਲਕ ਸੀ। ਉਹਨੇ ਇੱਥੇ ਰਾਜੇਵਾਲ ਇੱਕ ਖੰਡਰ ਜਗ੍ਹਾ ਸੀਗੀ ਬਣੀ, ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ, ਸਰਕਾਰ ਆਪਣੇ ਲਾਇਸੈਂਸੀ ਪਿਸਟਲ ਦੇ ਨਾਲ। ਉਹਦੀ ਜਿਹੜੀ ਗੱਲ ਨਿਕਲ ਕੇ ਇਹ ਗੱਲ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ੍ਹ ਲਾਗੇ ਇੱਕ ਦੁਕਾਨ ਆ, ਦੁਕਾਨ ਦੇ ਲਾਗੇ ਕੋਈ ਪ੍ਰਦੀਪ ਗੱਬਰ ਨਾਂ ਦਾ ਬੰਦਾ ਅਤੇ ਉਹਦੇ ਬੱਚੇ ਆ ਦੋ ਲੜਕੇ, ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਸਾਲ। ਉਹਦੇ ਕਰਕੇ ਇਹਨਾਂ ਦਾ ਆਪਸ ਵਿੱਚ ਇੰਨਾ ਡਿਪਰੈਸ਼ਨ 'ਚ ਚੱਲ ਗਿਆ, ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤਾ। ਲੈਣ ਦੇਣ ਦਾ ਕੀ ਚੱਕਰ? ਨਹੀਂ, ਲੈਣ ਦੇਣ ਦਾ ਨਹੀਂ, ਜੋ ਗੱਲ ਨਿਕਲ ਕੇ ਇਹ ਗੱਲ ਆਈ ਆ ਵੀ ਉਹਨਾਂ ਦੀ ਕੋਈ ਗੱਡੀਆਂ ਖੜੀਆਂ ਕਰਨ ਤੋਂ ਸੀ, ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੂਹਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਅਤੇ ਸਾਡਾ ਰਸਤਾ ਬੰਦ ਕਰਦੇ ਆ। ਸਰ, ਸੁਸਾਈਡ ਨੋਟ ਵੀ ਮਿਲਿਆ ਕੋਈ? ਹਾਂਜੀ, ਸੁਸਾਈਡ ਨੋਟ ਮਿਲ ਗਿਆ ਸਾਨੂੰ। ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਅਤੇ ਉਹਦੇ ਲੜਕੇ ਹੈਗੇ ਆ, ਦੋ ਲੜਕਿਆਂ ਦਾ ਨਾਮ। ਮੇਨ ਕਾਰਨ ਕੀ ਰਿਹਾ? ਮੇਨ ਕਾਰਨ ਇਹੀ ਉਹ ਬਸ ਉਹਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਵੀ ਮੈਨੂੰ ਹਰਾਸੀ ਜ਼ਿਆਦਾ ਕਰਦੇ ਰਹੇ ਆ ਪਿਛਲੇ 4-5 ਸਾਲ ਤੋਂ। ਅਗਲੀ ਕਾਰਵਾਈ ਕੀ ਹੋਈ ਜੀ? ਉਹਦੇ ਬਸ ਪਰਚਾ ਸੀ ਰਜਿਸਟਰਡ ਕਰਤਾ, ਪਰਚਾ ਰਜਿਸਟਰਡ ਕਰਕੇ ਅਗਲੀ ਕਾਰਵਾਈ ਕਰ ਰਹੇ। ਮੁਲਜ਼ਮ ਅਰੈਸਟ ਹੋ ਗਏ ਜੀ? ਨਹੀਂ ਅਜੇ ਨਹੀਂ। ਕਿੰਨੇ ਬੰਦਿਆਂ ਦੇ ਪਰਚਾ ਸੀ? ਇਹ ਤਿੰਨ ਬੰਦਿਆਂ। ਨਾਮ ਜਾਣ ਸਰ? ਹਾਂਜੀ, ਪ੍ਰਦੀਪ ਗੱਬਰ, ਦੋ ਦੇ ਲੜਕੇ। ਅੰਮ੍ਰਿਤਸਰ ਦੇ ਵਿੱਚ ਮਸ਼ਹੂਰ ਲੈਬ ਦੇ ਮਾਲਕ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ। ਮਰਨ ਤੋਂ ਪਹਿਲਾਂ ਉਸ ਦੇ ਵੱਲੋਂ ਖੁਦਕੁਸ਼ੀ ਨੋਟ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਤਿੰਨ ਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੀ ਵਜ੍ਹਾ ਕਰਕੇ ਉਸਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਖੁਦ ਨੂੰ ਖਤਮ ਕੀਤਾ। ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਉਸਨੇ ਲਿਖਿਆ ਕਿ ਦੁਕਾਨ ਦੇ ਸਾਹਮਣੇ ਮੁਲਜ਼ਮ ਪ੍ਰਦੀਪ ਗੱਬਰ ਅਤੇ ਉਸਦੇ ਦੋ ਲੜਕੇ ਗੱਡੀਆਂ ਖੜੀਆਂ ਕਰਕੇ ਪਿਛਲੇ ਕਰੀਬ 5 ਸਾਲਾਂ ਤੋਂ ਤੰਗ ਪਰੇਸ਼ਾਨ ਕਰਦੇ ਸੀ ਤੇ ਹੁਣ ਪਰੇਸ਼ਾਨੀ ਦੀ ਹਾਲਤ ਵਿੱਚ ਲੈਬ ਦੇ ਮਾਲਕ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਤਾਂ ਪੁਲਿਸ ਨੇ ਖੁਦਕੁਸ਼ੀ ਨੋਟ ਨੂੰ ਆਧਾਰ ਬਣਾ ਕੇ ਇਹਨਾਂ ਤਿੰਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ। ਤਾਂ ਦੱਸ ਦਈਏ ਕਿ ਇਹਨਾਂ ਲੋਕਾਂ ਦੀ ਵਜ੍ਹਾ ਦੇ ਕਰਕੇ ਇੱਕ ਮਸ਼ਹੂਰ ਲੈਬ ਦੇ ਮਾਲਕ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਤਾਂ ਪੁਲਿਸ ਨੇ ਹੁਣ ਤਿੰਨਾਂ ਦੇ ਖਿਲਾਫ ਪਰਚਾ ਦਰਜ ਕੀਤਾ। ਤੁਹਾਨੂੰ ਦੱਸ ਦਈਏ ਕਿ ਰਾਜੇਵਾਲ ਪਿੰਡ ਦੇ ਕੋਲ ਇੱਕ ਵਿਰਾਨ ਥਾਂ ਤੇ ਜਾ ਕੇ ਆਪਣੇ ਲਾਇਸੈਂਸੀ ਪਿਸਟਲ ਦੇ ਨਾਲ ਇਸ ਸ਼ਖਸ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ। ਕਤਲ ਕੇਸ ਨਹੀਂ, ਇੱਕ ਨਾ ਸਤਪਾਲ ਸਿੰਘ ਨਾਂ ਦਾ ਬੰਦਾ ਜਿਹੜਾ ਅੰਮ੍ਰਿਤ ਲੈਬ ਹੈਗੀ ਅੰਮ੍ਰਿਤਸਰ ਉਹਦਾ ਮਾਲਕ ਸੀ।
ਉਹਨੇ ਇੱਥੇ ਰਾਜੇਵਾਲ ਇੱਕ ਖੰਡਰ ਜਗ੍ਹਾ ਸੀਗੀ ਬਣੀ, ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ, ਸਰਕਾਰ ਆਪਣੇ ਲਾਇਸੈਂਸੀ ਪਿਸਟਲ ਦੇ ਨਾਲ। ਉਹਦੀ ਜਿਹੜੀ ਗੱਲ ਨਿਕਲ ਕੇ ਇਹ ਗੱਲ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ੍ਹ ਲਾਗੇ ਇੱਕ ਦੁਕਾਨ ਆ, ਦੁਕਾਨ ਦੇ ਲਾਗੇ ਕੋਈ ਪ੍ਰਦੀਪ ਗੱਬਰ ਨਾਂ ਦਾ ਬੰਦਾ ਅਤੇ ਉਹਦੇ ਬੱਚੇ ਆ ਦੋ ਲੜਕੇ, ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਸਾਲ, ਉਹਦੇ ਕਰਕੇ ਇਹਨਾਂ ਦਾ ਆਪਸ ਵਿੱਚ ਇੰਨਾ ਡਿਪਰੈਸ਼ਨ 'ਚ ਚੱਲ ਗਿਆ, ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤੀ। ਲੈਣ ਦੇਣ ਦਾ ਕੀ ਚੱਕਰ? ਨਹੀਂ, ਲੈਣ ਦੇਣ ਦਾ ਨਹੀਂ, ਜੋ ਗੱਲ ਨਿਕਲ ਕੇ ਇਹ ਗੱਲ ਆਈ ਆ ਵੀ ਉਹ ਉਹਨਾਂ ਦੇ ਕੋਲ ਗੱਡੀਆਂ ਖੜੀਆਂ ਕਰਨ ਤੋਂ ਸੀ, ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੂਹਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਅਤੇ ਸਾਡਾ ਰਸਤਾ ਬੰਦ ਕਰਦੇ ਆ। ਸਰ ਸੁਸਾਈਡ ਨੋਟ ਵੀ ਮਿਲਿਆ ਕੋਈ? ਹਾਂਜੀ, ਸੁਸਾਈਡ ਨੋਟ ਮਿਲ ਗਿਆ ਸਾਨੂੰ। ਕਿੰਨੇ ਨਾਮ ਹੈ ਦੇ? ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਅਤੇ ਉਹਦੇ ਲੜਕੇ ਹੈਗੇ ਆ, ਦੋ ਲੜਕਿਆਂ ਦਾ ਨਾਮ। ਮੇਨ ਕਾਰਨ ਕੀ ਰਿਹਾ? ਮੇਨ ਕਾਰਨ ਇਹੀ ਉਹ ਬਸ ਉਹਨੇ ਇਹੀ ਲਿਖਿਆ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਵੀ ਮੈਨੂੰ ਹਰਾਸੀ ਜ਼ਿਆਦਾ ਕਰਦੇ ਰਹੇ ਆ ਪਿਛਲੇ 4-5 ਸਾਲ ਤੋਂ। ਅਗਲੀ ਕਾਰਵਾਈ ਕੀ ਹੋਈ ਹੈ ਜੀ? ਉਹਦੇ ਬਸ ਪਰਚਾ ਸੀ ਰਜਿਸਟਰਡ ਕਰਤਾ, ਪਰਚਾ ਰਜਿਸਟਰਡ ਕਰਕੇ ਅਗਲੀ ਕਾਰਵਾਈ ਕਰ ਰਹੇ। ਮੁਲਜ਼ਮ ਅਰੈਸਟ ਹੋ ਗਏ ਜੀ? ਨਹੀਂ ਅਜੇ ਨਹੀਂ। ਕਿੰਨੇ ਬੰਦਿਆਂ ਦੇ ਪਰਚਾ ਸੀ? ਇਹ 3 ਬੰਦਿਆਂ। ਨਾਮ ਜਾਣ ਸਕਦੇ? ਹਾਂਜੀ, ਪ੍ਰਦੀਪ ਗੱਬਰ, 2 ਉਹਦੇ ਲੜਕੇ।